ਕੋਟੀ ਮਰਦ ਲਿਆ ਵਿਧੀਆਂ ਨੇ 70 80 ਹਜ਼ਾਰ ਰਕ ਉਸ ਦਾ ਮਤਲਬ ਹੈ ਲਿਆ ਵਿਧੀਆਂ ਨੇ 2 ਲੱਖ 22 ਦੀਆਂ 1.5 ਤੋਂ ਪੌਣੇ 2 ਤੱਕ ਵੇਚ ਜਾਣਗੇ ਮਾਸ਼ਾ ਅੱਲਾ ਜ਼ਿੰਦਾਬਾਦ ਤੁਹਾਡੇ ਫਾਰਮ ਤੇ ਇੱਥੇ ਬੱਚੇ ਵੀ ਨੇ ਤੁਸੀਂ ਭੇਡੂ ਵੀ ਰਖੇ ਨੇ ਯਾਨੀ ਕਿ ਤੁਸੀਂ ਮੁੱਤਲਿਫੂ ਫਾਰਮਿੰਗ ਕਰਦੇ ਹੋ ਪੇ ਇਹਦੀ ਕੀ ਕੋਈ ਖਾਸ ਵਜ੍ਹਾ ਇਹ ਤਾਂ ਵੀ ਜੀ ਬੜੀ ਅੱਛੀ ਖਸੂਸੀਅਤ ਹੈ ਇਸ ਵਾਸਤੇ ਮਜਲੇ ਵਛੇ ਨਾ ਜੀ ਉਹ ਛੋਟੇ ਪਾੜੇ ਨੇ ਹੁਣ ਮਤਲਬ ਉਸ ਦੇ 70 80 ਲੈਣ ਨੇ ਹੁਣ 1.5 ਤੋਂ 2 ਦੇ ਵੇਚ ਜਾਣਗੇ ਹਾਂਜੀ ਠੀਕ ਹੈ ਭੇਡੂ ਵੀ ਐਵੇਂ ਨੇ ਮਤਲਬ ਇਹ ਪੇਡਾ ਛੇਡਾ ਵਾ ਵਾ ਨਾ ਚ ਤਨਾਲਿਆ ਕਿ ਸਾਡੀ ਦੁਕਾਨਦਾਰੀ ਇੱਕ ਕਰਿਆਨੇ ਸਮਝ ਲਓ ਕਿ ਉਹ ਵਿਕਦਾ ਸਲੂਨ ਮਰਚਾ ਵਿੱਚ ਦਾਲ ਮਾਚੇ ਸਾਰੀ ਵਿਖਦੀ ਹੈ ਹਾਂਜੀ ਇਸ ਵਜ੍ਹਾ ਸੇ ਹਰ ਇੱਕ ਆਈਟਮ ਰੱਖੀ ਹੈ ਜਿਸ ਮਾਇਨੇ ਜਿਓ ਨਹੀਂ ਨਾ ਸਕਦੀ ਜੀ ਉਹਨੂੰ ਰਸਮੀ ਦੇ ਗੋਲੀਆਂ ਦੇ ਸਕੋ ਠੀਕ ਹੈ ਛੋਟੀ ਦੇ ਵਿੱਚ 15 ਮਿੰਟਾਂ ਦੇ ਵਿੱਚ ਉਹ ਜਾਓ ਸੱਟ ਛੜੇ ਦੇ ਅੱਛਾ ਹਾਂਜੀ ਬਹੁਤ ਅੱਲ ਲੈ ਜਾਗੇ ਅੱਛਾ ਅਸਲਾਮੁਅਲੈਕੁਮ ਵਅਲੈਕੁਮ ਅਸਲਾਮ ਸਰ ਕੀ ਹਾਲ ਹੈ ਅਲਹਮਦੁਲਿਲਾਹ ਜਨਾਬ ਰਾਜ਼ੀ ਹੋ ਅੱਲਾਹ ਦਾ ਸ਼ੁਕਰ ਮੇਰੇ ਦੋਸਤਾਂ ਨੂੰ ਸਭ ਤੋਂ ਪਹਿਲੇ ਆਪਣਾ ਤੇ ਆਪਣੇ ਇਲਾਕੇ ਦਾ ਤਾਰਫ ਕਰਵਾ ਦਿਓ ਜੀ ਠੀਕ ਹੈ ਮਮਦ ਮਨਸ਼ਾ ਜਨਾਬ ਮੇਰਾ ਨਾਮ ਹੈ ਕੋਲੋ ਤਰਨ்தਿਹਾਲ ਸਾਹਿਬਾਤ ਰਹਣ ਵਾਲਿਆ ਇਹ ਮਨਸ਼ਾ ਸਾਹਿਬ ਐ ਦੱਸੋ ਕਿ ਤੁਸੀਂ ਇਹ ਜਿਹੜਾ ਝੋਟੀਆਂ ਦਾ ਕਾਰੋਬਾਰ ਹੈ ਕਟੀਆਂ ਦਾ ਕਾਰੋਬਾਰ ਹੈ ਕਿੰਨੇ ਹਰਸੇ ਤੋਂ ਕਰਦੇ ਹੋ ਪੇ ਇਹ ਜਨਾਬ 15 16 ਸਾਲ ਹੋ ਗਏ ਨੇ ਠੀਕ ਹੈ ਤੁਹਾਡਾ ਜਿਹੜਾ 15 16 ਸਾਲ ਦਾ ਤਜਰਬਾ ਕਿੰਜ ਦਾ ਰਿਹਾ ਇਹ ਕੰਮ ਵਿੱਚੋਂ ਕੀ ਸਿੱਖਿਆ ਜਾਂ ਕੀ ਹਾਸਲ ਕੀਤਾ ਜੀ ਬਹੁਤ ਅਚਾਰਿਆ ਤਜਰਬਾ ਛੋਟੀ ਮਰਦ ਲਾਵੀਆਂ ਨੇ 70000 ਰੱਖ ਤੋਂ ਮਤਲਬ ਹੈ ਲੈਵੀਆਂ ਨੇ 225 ਦੀਆਂ 1.5 ਤੋਂ ਪੌਣੇ 2 ਤੋਂ ਵੇਚ ਜਾਂਦੀਆਂ ਨੇ ਮਾਸ਼ਾਅੱਲਾ ਜ਼ਿੰਦਾਬਾਦ ਇਨੀ ਕਿ ਤੁਸੀਂ ਇਹ ਕੰਮ ਤੇ ਕਾਮਯਾਬ ਹੋ ਅੱਥੇ ਸਰ ਇੱਕ ਅਹਿਮ ਸਵਾਲ ਪੈਦਾ ਹੁੰਦਾ ਹੈ ਕੁਝ ਲੋਕਾਂ ਨੇ ਦੁੱਧ ਦਾ ਕਾਰੋਬਾਰ ਕੀਤਾ ਹੈ ਬਲਕਿ ਜ਼ਿਆਦਾਤਰ ਦੁੱਧ ਹੀ ਕਰਦੇ ਨੇ ਕਟੀਆਂ ਦੇ ਫਾਰਮ ਬੜੇ ਘਟ ਨੇ ਤੇ ਤੁਸੀਂ ਕੀ ਇੰਨਾ ਚ ਵੇਖਿਆ ਕਿ ਤੁਸੀਂ ਕਟੀਆਂ ਪਾਲਦੇ ਹੋ ਦੁੱਧ ਵਾਲੇ ਜਾਨਵਰ ਨਹੀਂ ਰੱਖਦੇ ਕੀ ਦੁੱਧ ਨਾਲ ਉਹ ਸੰਦ ਕੰਮ ਅੱਛਾ ਲੱਗਿਆ ਜਿਸ ਤੋਂ ਤੁਸੀਂ ਪਾਲਨੇ ਆ ਹਾਂਜੀ ਬਹੁਤ ਸੰਡਾ ਬੱਛਦਾ ਹੈ ਇਹਦੇ ਮਾਸ਼ਾਅੱਲਾ ਜਿਹੜੀ ਲੱਖ ਦੀ ਲੈਵੀਏ 2 ਦੀ ਸਫਾ 2 ਦੀ ਵੇਚ ਜਾਂਦੀ ਹੈ ਤੇ ਤੁਹਾਡੇ ਫਾਰਮ ਤੇ ਇੱਥੇ ਬੱਚੇ ਵੀ ਨੇ ਤੁਸੀਂ ਪੇਡੂ ਵੀ ਰਖੇ ਨੇ ਯਾਨੀ ਕਿ ਤੁਸੀਂ ਮੁੱਤਲਿਫੂ ਫਾਰਮਿੰਗ ਕਰਦੇ ਹੋ ਪੇ ਇਹਦੀ ਕੀ ਕੋਈ ਖਾਸ ਵਜ੍ਹਾ ਇਹ ਤੇ ਵੀ ਜੀ ਬੜੀ ਅੱਛੀ ਖਸੂਸੀਅਤ ਹੈ ਇਸ ਵਾਸਤੇ ਮੈਂ ਜਿਹੜੇ ਬੱਚੇ ਨੇ ਨਾ ਜੀ ਉਹ ਛੋਟੇ 파ੜੇ ਨੇ ਹੁਣ ਮਤਲਬ ਉਹ 70 80 ਲੈਣ ਨੇ ਹੁਣ ਡੇਢ ਦੋ ਦੇ ਵੇਖ ਜਾਣ ਨੇ ਹਾਂਜੀ ਠੀਕ ਹੈ ਪੇਡੂ ਵੀ ਐਵੇਂ ਨੇ ਮਤਲਬ ਇਹ ਪੇਡਾ ਛੇਡਾ ਉਹ ਵਾ ਵਨ ਫਾਉਨੈਟ ਤੇ ਨਾਲੇ ਇੱਕ ਸਾਡੀ ਦੁਕਾਨਦਾਰੀ ਇੱਕ ਰਿਆਨੇ ਸਮਝ ਲਓ ਕਿਉਂ ਵਿਕਦਾ ਥਲੂੰਨ ਮਿਰਚਾਂ ਵਿੱਚ ਦਾਲ ਮਾਚੇ ਸਾਰੀ ਵਿਕਦੀ ਹੈ ਹਾਂਜੀ ਇਸ ਵਜ੍ਹਾ ਸੇ ਹਰ ਇੱਕ ਆਈਟਮ ਰੱਖੀ ਹੈ ਮਾਸ਼ਾਅੱਲਾ ਯਾਨੀ ਕਿ ਮਿਕਸ ਫਾਰਮਿੰਗ ਕਰੋ ਇੱਕ ਨਾ ਕਰੋ ਅਗਰ ਕੋਈ ਬੰਦਾ ਤੁਹਾਡੇ ਕੋਲ ਕੱਟੀ ਲੈਣ ਹੁੰਦਾ ਹੋ ਸਕਦਾ ਤੁਹਾਡੇ ਕੋਲ ਪੇਡੂ ਵੀ ਲਾਈਏ ਬੱਚਾ ਵੀ ਲਾਈਏ ਜ਼ਿੰਦਾਬਾਦ ਜੀ ਸਾਡੀ ਦੁਕਾਨਦਾਰੀ ਹੈ ਠੀਕ ਹੈ ਹੁਣ ਸਰ ਮੈਂ ਆਵਾਂ ਦਾ ਕਿ ਇਹ ਜਿਹੜੀਆਂ ਕੱਟੀਆਂ ਨੇ ਇਹਨਾਂ ਦੀ ਖਰੀਦਦਾਰੀ ਉੱਤੇ ਥੋੜਾ ਮੈਂ ਪੁੱਛਾਂ ਦਾ ਕਿ ਤੁਸੀਂ ਜਿਹੜੀ ਕੱਟੀ ਲੈ ਕੇ ਆਉਂਦੇ ਹੋ ਉਹਦੀ ਉਮਰ ਕਿੰਨੀ ਹੁੰਦੀ ਹੈ ਤੇ ਕਿੱਥੋਂ ਲੈਂਦੇ ਹੋ ਜੀ ਜੀ ਉਹਦੀ 2 ਤੋਂ 2.5 ਸਾਲ ਉਮਰ ਹੁੰਦੀ ਹੈ ਲਾਹੌਰ ਮੰਡੀ ਲੱਗਦੀ ਹੈ ਬਹੁਤ ਦਰ ਦਿਨ ਉੱਥੋਂ ਜਨਾਬ ਅਸੀਂ ਲਿਆਉਂਦੇ ਆ ਮੰਡੀਆਂ ਵਾਸਤੇ ਮੁਖਤਲਫ ਬਿਆਨ ਹੋ ਰਿਹਾ ਲੇਕਿਨ ਸਾਨੂੰ ਪਸੰਦ ਲਾਹੌਰ ਵਾਲੇ ਮੰਡੀ ਦੇ ਅੱਛਾ ਹਾਂਜੀ ਤੇ ਤੁਸੀਂ ਜਿਸ ਦਿਨ ਮੰਡੀ ਲੱਗਦੀ ਏ ਉਸ ਦਿਨ ਖਰੀਦਦਾਰੀ ਕਰਦੇ ਹੋ ਜਾਂ ਕਿ ਖਰੀਦਦਾਰੀ ਦਾ ਕੋਈ ਦਿਨ ਮੁਖਤਲਿਫ ਹੈ ਨਹੀਂ ਜੀ ਉਸੇ ਦਿਨ ਹੀ ਚੜਿਆ ਜਾਈਦਾ ਰਾਤ ਨੂੰ ਚੜਿਆ ਜਾਈਦਾ ਉੱਥੇ ਰਹਿ ਕੇ ਸਵੇਰ ਖਰੀਦਦਾਰੀ ਸ਼ੁਰੂ ਕਰ ਦੇਈਏ ਤੇ ਜਿਹੜੀ ਤੁਸੀਂ ਝੋਟੀ ਲੈਂਦੇ ਹੋ ਉਹਦੀ ਉਮਰ ਕਿੰਨੀ ਹੁੰਦੀ ਏ ਤੇ ਮੇਰੇ ਦੋਸਤਾਂ ਨੂੰ ਦੱਸੋ ਕਿ ਜਿਹੜੀ ਚੰਗੀ ਝੋਟੀ ਏ ਉਹਦੀਆਂ ਕੋਈ ਚੰਦ ਦੇ ਖੂਬੀਆਂ ਕੋਈ ਪਛਾਣ ਹਾਂਜੀ ਪਛਾਣ ਹੈ ਪੂਛਲ ਪਸਲੀ ਹੋਣੀ ਚਾਹੀਦੀ ਏ ਚੰਪਸਲਾ ਹੋਣਾ ਚਾਹੀਦਾ ਸਿੰਘ ਮੋੜੇ ਹੋਣਾ ਚਾਹੀਦੇ ਨੇ ਝੋਟੀ ਖੂਬ ਫਰਾਸੀ ਹੋਣੀ ਚਾਹੀਦੀ ਏ ਅੱਛਾ ਤੇ ਉਹਦੀ ਉਮਰ ਕਿੰਨੀ ਹੁੰਦੀ ਏ 2 2.5 ਸਾਲ ਜਿਹੜੀ 2.5 ਸਾਲ ਦੀ ਤੁਸੀਂ ਝੋਟੀ ਲਈ ਹੁੰਦੇ ਹੋ ਉਹਦੀ ਕੀਮਤ ਦਾ ਤੈਅ ਕਿੰਜ ਕਰ ਦਿਓ ਕਿ ਆ ਝੋਟੀ ਕਿੰਨੇ ਦੀ ਮਿਲੇ ਤੇ ਮناسب ਹੈ ਹਾਂਜੀ ਉਹਨਾਂ ਦੇ ਮਤਲਬ ਤਾਂ ਟਾਪੇ ਤੇ ਹੋਣੀ ਹੈ ਅੱਛੀ ਖੂਸੀਅਤ ਹੁੰਦੀ ਹੈ ਜਿਹੜੀ 80 ਹਜ਼ਾਰ ਤੋਂ ਲੈ ਕੇ ਲੱਖ ਤੱਕ ਮਿਲ ਸਕਦੀ ਹੈ ਅੱਛਾ ਤੇ ਮੇਰੇ ਦੋਸਤਾਂ ਨੂੰ ਅਥੂ ਜਿਹੜੀ ਤੁਹਾਡੇ ਕੋਲ ਸਭ ਤੋਂ ਚੰਗੀ ਝੋਟੀ ਸਮਝਦੇ ਹੋ ਇਸ ਟਾਈਮ ਮਾਸ਼ਾਅੱਲਾ ਜਾਨਵਰ ਤੇ ਸਾਰੇ ਸੋਨੇ ਨੇ ਉਹ ਮੇਰੇ ਦੋਸਤਾਂ ਨੂੰ ਉਹ ਦੱਸੋ ਉਹਦੀ ਸਾਮਨੇ ਪਛਾਣ ਕਰਾਓ ਕਿ ਉਹਦੇ ਸਿੰਗ ਐਸ ਕਿਸਮ ਦੇ ਹੋਣ ਚਮੜੀ ਐਸ ਕਿਸਮ ਦੀ ਹੋਏ ਵੇਖਦੇ ਸੰਗੀ ਖੂਬਸੂਰਤ ਨੇ ਤੁਸੀਂ ਆਏ ਵੇਖ ਲਵੋ ਅੱਛਾ ਐਸੇ ਇੱਕ ਵੇਖ ਲਓ ਮੋੜੇ ਨੇ ਮਤਲਬ ਇਹ ਪੁਛਲ ਜਾਈ ਦੀ ਛੋਟੀ ਹੈ ਅੱਛਾ ਇਹਨੇ ਉਹ ਜਾਨਵਰ ਨੇ ਪਰਾ ਠੀਕ ਹੈ ਉਹ ਵਕਤੀਆਂ ਪਰਾ ਬਧੀਆਂ ਰੋ ਵੇਖ ਲਵੋ ਅੱਛਾ ਉਹ ਪਰਾ ਤਿਆਰ ਛੁਦਾ ਨਹੀਂ ਹਾਂਜੀ ਤਿਆਰ ਛੁਦਾ ਠੀਕ ਹੈ ਯਾਨੀ ਕਿ ਨਾਲ ਮਾਸ਼ਾਅੱਲਾ ਜਾਨਵਰ ਤਿਆਰ ਵੀ ਹੋ ਗਏ ਨੇ ਜੀ ਜੀ ਠੀਕ ਹੈ ਯਾਨੀ ਕਿ ਜਿਹੜੇ ਦੋਸਤ ਤੁਹਾਡੇ ਕੋਲ ਤਿਆਰ ਛੋਟੀਆਂ ਲੈਣਾ ਚਾਹੁੰਦੇ ਨੇ ਉਹ ਵੀ ਰਾਬਤਾ ਕਰ ਸਕਦੇ ਨੇ ਜੀ ਜੀ ਰਾਬਤਾ ਜਨਾ ਫੋਨ ਨੰਬਰ ਦਿੱਤੇ ਨੇ ਸਾਥ ਉਹਨਾਂ ਦੇ ਫੋਨ ਨੰਬਰ ਸਾਡੇ ਕੋਲ ਨੇ ਇਲਾਕੇ ਦੇ ਵਪਾਰੀ ਜਿਹੜੇ ਨੇ ਠੀਕ ਹੈ ਉਹਨਾਂ ਨੂੰ ਆਖੀ ਤੇ ਲਬਾਨ ਕੇ ਲੈ ਜਾਓ ਤੇ ਲੈ ਜਾਂਦੇ ਨੇ ਤੇ ਤੁਸੀਂ ਨੰਬਰ ਇੱਥੇ ਬੋਲ ਦਿਓ ਵੈਸੇ ਮੈਂ ਸਕਰੀਨ ਤੇ ਵੀ ਸ਼ੋਅ ਕਰ ਦਾਂਦਾ ਜੀ ਠੀਕ ਹੈ 0342 5168547 ਠੀਕ ਹੈ ਜੀ ਆ ਮੈਂ ਸਰ ਸਕਰੀਨ ਤੇ ਵੀ ਸ਼ੋਅ ਕਰ ਦਾਂਦਾ ਜਿਹੜੇ ਦੋਸਤ ਤਿਆਰ ਝੋਟੀਆਂ ਲੈਣਾ ਚਾਹੁੰਦੇ ਨੇ ਮناسب ਕੀਮਤ 'ਚ ਮਾਸ਼ਾਅੱਲਾ ਇਹ ਜਿਹੜਾ ਰੇਟ ਏ ਮਨਸ਼ਾ ਸਾਹਿਬ ਦਾ ਉਹ ਬੜਾ ਮناسب ਏ ਤੇ ਉਹ ਤੁਸੀਂ ਇਹਨਾਂ ਕੋਲੋਂ ਤਿਆਰ ਝੋਟੀਆਂ ਲੈ ਸਕਦੇ ਹੋ ਅੱਛਾ ਸਾਰੇ ਜਿਹੜੀ ਤੁਸੀਂ ਕੋਈ 80 ਕੁ ਹਜ਼ਾਰ ਤੱਕ ਆ ਮੰਡੀਆਂ ਧੋਖਾ ਫਰੇ ਬੋਲਦਾ ਸਾੜ ਕੋ ਧੋਖਾ ਫਰੇ ਕੋਈ ਨਹੀਂ ਜੀ ਜੀ ਯਾਨੀ ਕਿ ਫਾਰਮ ਤੂੰ ਜਿਨੇ ਵੀ ਅਥੂ ਲੈਣੀ ਹੈ ਤਸੱਲੀ ਕਰਕੇ ਉਹਨੇ ਲੈਣੀ ਹੈ ਜੀ ਜੀ ਠੀਕ ਹੈ ਸਾਰਾ ਜਿਹੜੀ ਤੁਸੀਂ 70 80 ਹਜ਼ਾਰ ਦੀ ਝੋਟੀ ਲੈ ਕੇ ਹੁੰਦੇ ਹੋ ਇਹਦੀ ਜਿਹੜੀ ਤਿਆਰੀ ਹੈ ਇਹਨੂੰ ਤਿਆਰ ਕਿੰਜ ਕਰਦੇ ਹੋ ਤੇ ਕਿੰਨੇ ਮਹੀਨੇ ਚ ਤਿਆਰ ਹੋ ਜਾਂਦੀ ਹੈ ਥੋੜਾ ਉਹ ਦੱਸੋ ਇੰਤਜ਼ਾਰ ਜਨਾਬ ਸੱਡਾ ਵੇਖ ਲਗਾ ਫਿਰਦਾ ਹੈ ਸਾਹਮਣੇ ਜੀ ਉਹ ਨਵੀ ਹੋ ਜਾਂਦੀ ਨਵੀ ਹੋਣ ਤੋਂ ਬਾਅਦ ਮਤਲਬ ਜੇ 5 ਮਹੀਨੇ ਗੁਜ਼ਰ ਜਾਂਦੇ ਨੇ 6ਵੇਂ ਮਹੀਨੇ ਨੂੰ ਖੜ ਖੜਾ ਅੰਜੀ ਵੰਡਾ ਛੰਡਾ ਮੋੜੇ 7ਵਾਂ 8ਵਾਂ ਮਹੀਨਾ ਹੁੰਦਾ ਹੈ ਕਿਉਂ ਸ਼ੁਰੂ ਕਰ ਦਿੱਤਾ ਹੈ ਕਿ ਅੱਲਾਹ ਦਾ ਤਿਆਰ ਹੋ ਜਾਂਦੀ ਹੈ ਇਹ ਜਿਹੜੀ ਝੋਟੀ ਹੈ ਕਿੰਨੀ ਉਮਰ ਚ ਬ 23 ਸਾਲ ਤੋਂ 23 ਸਾਲ ਚ ਜੀ ਜੀ ਅਗਰ ਕੋਈ ਦੋਸਤ ਚਾਹੁੰਦਾ ਹੈ ਕਿ ਜਿਹੜੀ ਛੋਟੀ ਉਹ ਜਲਦੀ ਬਣਨ ਲੱਗੇ ਫਿਰ ਉਹਨੂੰ ਕੋਈ ਅਲੱਗ ਚੀਜ਼ ਦੇਣੀ ਪੈਂਦੀ ਹੈ ਨਹੀਂ ਬਸ ਇਹਨਾਂ ਤਰ੍ਹਾਂ ਦੀ ਮਰਜ਼ੀ ਹੈ ਅੱਛਾ ਜੇ ਬਣ ਲੱਗ ਜਾਏ ਠੀਕ ਹੈ ਹਾਂ ਜੀ ਇਹ ਨਾ ਸਾਡੇ ਇਖਤਿਆਰ ਨਾ ਤੁਹਾਡੇ ਇਖਤਿਆਰ ਹੈ ਜੀ ਜੀ ਵੈਕਸੀਨ ਜਿਹੜੀ ਹੈ ਉਹ ਅਸੀਂ ਵੈਸੇ ਕਰਾਉਂਦੇ ਰਹਿੰਦੇ ਹਾਂ ਜਨਵਰੀ ਫਰਵਰੀ ਤੇ ਉਦੋਂ ਜੂਨ ਜੁਲਾਈ ਵਿੱਚ ਚਾਰ ਮਹੀਨੇ ਵੈਕਸੀਨ ਜਿਹੜੀ ਹੈ ਨਾ ਉਹ ਸਾਲ ਤੇ ਕਰਾ ਸਕਦੇ ਆ ਜਨਵਰੀ ਫਰਵਰੀ ਚ ਕਿਹੜੀ ਵੈਕਸੀਨ ਹੁੰਦੀ ਹੈ ਤੇ ਜੂਨ ਜੁਲਾਈ ਚ ਕਿਹੜੀ ਹੁੰਦੀ ਹੈ ਉਹ ਮੂੰਹ ਖੁਰਾ ਦਿੰਦੀ ਹੈ ਤੇ ਜਿਹੜੀ ਜੂਨ ਜੁਲਾਈ ਹੁੰਦੀ ਹੈ ਇੱਕ ਗੱਲ ਕੋਟੂ ਦਿੰਦੀ ਹੈ ਠੀਕ ਹੈ ਜੀ ਇਸ ਤੋਂ ਇਲਾਵਾ ਸਰ ਇੱਕ ਇੱਥੇ ਆਮ ਸਵਾਲ ਪੈਦਾ ਹੁੰਦਾ ਹੈ ਕਿ ਜਿਹੜਾ ਝੋਟੀਆਂ ਦੀ ਫਾਰਮਿੰਗ ਹੈ ਅਦੇ ਚ ਅਗਰ ਕੋਈ ਝੋਟੀ ਵਨ ਨਹੀਂ ਲੱਗਦੀ ਹੀਟ ਵਿੱਚ ਨਹੀਂ ਹੁੰਦੀ ਸੰਡਾ ਤੇ ਤੁਸੀਂ ਰੱਖਿਆ ਤੇ ਅਗਰ ਹੀਟ ਵਿੱਚ ਨਹੀਂ ਹੁੰਦੀ ਤਾਂ ਫਿਰ ਉਹਨੂੰ ਕੀ ਖਲਾਉਂਦੇ ਪਲਾਂਦੇ ਹੋ ਉਹਨਾਂ ਸਾਡੇ ਕੋਲ ਡਾਕਟਰ ਸਾਮਾ ਸਾਹਿਬ ਨੇ ਕਹੋ ਤਰਦੇ ਜੀ ਉਹ ਸਪੈਸ਼ਲ ਡਾਕਟਰ ਤੋਂ ਇਲਾਜ ਕਰਦੇ ਤਾਂ ਠੀਕ ਹੋ ਜਾਂਦੀ ਠੀਕ ਹੈ ਜਿਹੜੀ ਝੋਟੀ ਤੁਸੀਂ ਮੰਡੀ ਚ ਲੈ ਕੇ ਹੁੰਦੇ ਹੋ ਉਹਨੂੰ ਕਿੰਨੇ ਕੁ ਮਹੀਨੇ ਆਪਣੇ ਫਾਰਮ ਤੇ ਰੱਖਦੇ ਹੋ ਅਸੀਂ ਜਨਾਬ ਤਕਰੀਬਨ 7-8 ਮਹੀਨੇ ਵਿੱਚ ਰੱਖਨੇ ਆ ਸਾਲ ਵੀ ਰੱਖੜੇ ਪੈ ਜਾਂਦੀ ਹੈ ਹਾਂਜੀ ਠੀਕ ਹੈ ਜੀ ਯਾਨੀ ਕਿ ਜਦੋਂ ਵਨ ਲੱਗ ਜੇ ਕੋਈ ਮਹੀਨਾ ਤੋਂ ਉੱਤੇ ਥੱਲੇ ਹੋ ਸਕਦਾ ਹੈ ਜੀ ਜੀ ਠੀਕ ਹੈ ਤੇ ਸਰ ਜਦੋਂ ਇਹ 7ਵਾਂ ਮਹੀਨਾ ਦਾ ਹੁੰਦਾ ਤੁਸੀਂ ਜ਼ਿਕਰ ਕੀਤਾ ਕੋਈ ਘਿਓ ਦਿੰਦੇ ਹੋ ਕੋਈ ਤੇਲ ਦਿੰਦੇ ਹੋ ਜੀ ਜੀ ਬੜੇ ਦੋਸਤ ਦੱਸ ਦੇਣ ਕਿ ਘਿਓ ਤੇ ਤੇਲ ਦੇਣਾ ਚਾਹੀਦਾ ਹੈ ਲੇਕਿਨ ਜਿਹੜਾ ਇਹਦਾ ਅੱਛਾ ਤਰੀਕਾ ਹੈ ਪ੍ਰਾਪਰ ਤਰੀਕਾ ਉਹ ਦੱਸੋ ਕਿ ਘਿਓ ਕਿੰਜ ਦੇਣਾ ਹੈ ਤੇ ਤੇਲ ਕਿੰਜ ਦੇਣਾ ਹੈ ਤੇ ਕਿਹੜੇ ਮੌਸਮ 'ਚ ਦੇਣਾ ਜੀ ਬੇਤਰ ਤਰੀਕਾ ਫੇ ਵੇ ਮਤਲਬ ਉਹ ਦਾ ਚੌਕਰੇ ਚੋਕਰ ਇਸ ਨੂੰ ਵਾਲਾ ਅੱਛਾ ਚੌਕਰੇ ਮਰਾ ਕੇ ਅੱਗੇ ਰੱਖ ਲਈਏ ਖਾ ਜਾਂਦੀਆਂ ਨੇ ਠੀਕ ਹੈ ਜੇ ਉਸ ਤਰ੍ਹਾਂ ਨਾ ਲੈਣ ਤੇ ਅਸੀਂ ਮ ਬਾਅਦ 'ਚ ਨਾਲ ਨਾਲ ਅੱਜਕੱਲ੍ਹ ਗਰਮੀ ਦਾ ਮੌਸਮ ਹੈ ਗਰਮੀ ਚ ਕੀ ਦੇਣਾ ਹੈ ਗਰਮੀ ਚ ਅਜਕਲ ਕੁਝ ਵੀ ਨਹੀਂ ਦਿੰਦਾ ਸਿਰਫ ਤੇਲ ਸਰੋਂ ਦਾ ਦਿੰਦਾ ਬਸ ਤੇ ਸਰਦੀ ਚ ਸਰਦੀ ਚ ਅਸੀਂ ਮਿੱਠਾ ਤੇਲ ਵੀ ਦਿੰਨੇ ਆ ਉਹ ਵੀ ਦਿੰਦਾ ਹੈ ਮਿੱਠਾ ਤੇਲ ਕਿਹਨੂੰ ਕਹਿੰਦੀ ਉਹ ਜਿਹੜਾ ਤਿਲਾਂ ਦਾ ਤੇਲ ਹੈ ਜੀ ਤੇਲਾਂ ਦਾ ਠੀਕ ਹੈ ਇਸ ਤੋਂ ਇਲਾਵਾ ਸਰ ਜਿਹੜੇ ਦੁੱਧ ਦੇਣ ਵਾਲੇ ਜਾਨਵਰ ਨੇ ਉਹਨਾਂ ਦੀ ਹਰਾਗ ਤੇ ਮਹਤਲਫੇ ਤੁਸੀਂ ਇਹਨਾਂ ਦੀ ਜਿਹੜੀ ਹਰਾਗ ਕਿਸਤਮਾਲ ਕਰਦੇ ਹੋ ਪੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹਨਾਂ ਦੀ ਕੀ ਸੇਵਾ ਕਰਦੇ ਹੋ ਕੀ ਖਿਲਾਉਂਦੇ ਪਲਾਂਦੇ ਹੋ ਮੇਰੇ ਦੋਸਤਾਂ ਨੂੰ ਉਹ ਵੀ ਦੱਸੋ ਜਨਾਬ ਚਾਰਾ ਵੀ ਪਾਈਦਾ ਨਾਰਮਦਲਾ ਬੇ ਆ ਤੋੜੀ ਪਾਈ ਦੀ ਇੱਕ ਟਾਈਮ ਤੇ ਬੰਦਾ ਉੱਤੇ ਬੰਦਾ ਛੰਦਾ ਪਾਈਦਾ ਚੋਕਰ ਮਲਾਈਦਾ ਜੀ ਇਹਨਾਂ ਕਿ ਐਸੀ ਹਾਲ ਕਰ ਰਹੇ ਆ ਠੀਕ ਹੈ ਮਾਸ਼ਾ ਅੱਲਾ ਨੀ ਸੋਨੇ ਤੁਸੀਂ ਜਾਨਵਰ ਸਾਹਮਣੇ ਨੇ ਤੇ ਜਿਹੜਾ ਬੰਡਾ ਉਹ ਕਿਹੜਾ ਇਸਤੇਮਾਲ ਕਰਦੇ ਹੋ ਪਿਓ ਦੱਸੋ ਮੇਰੇ ਦੋਸਤਾਂ ਨੂੰ ਹੁਣ ਗੋਸ਼ਟ ਵਾਲਾ ਬੰਡਾ ਉਹ ਗੋਲੀ ਬੰਡਾ ਹੁੰਦਾ ਹੈ ਗੋਸ਼ਟ ਮਾਰ ਕਰੀਦਾ ਅੱਛਾ ਗੋਲੀ ਬੰਡਾ ਇਹਨਾਂ ਨੂੰ ਯਾਨੀ ਕਿ ਨਾਲ ਗੋਸ਼ਟ ਵੀ ਵਧਾਨ ਹੈ ਜਿਹੜੀਆਂ ਸੁੰਝੈ ਨੇ ਉਹਨਾਂ ਨੂੰ ਮਾਸਟਰ ਬੰਡਾ ਹੁੰਦਾ ਸੂਖ ਲੰਗਦਾ ਬਿਲਕੁਲ ਠੀਕ ਹੈ ਤੇ ਰੋਜ਼ਾਨਾ ਤਾਂ ਇਹਨਾਂ ਨੂੰ ਕਿੰਨਾ ਕ ਬੰਡਾ ਖਲਾਉਂਦੇ ਹੋ ਤਕਰੀਬਨ ਅਸੀਂ ਇਸ ਤੋਂ ਇਲਾਵਾ ਸਬਜ਼ ਚਾਰੇ ਵਿੱਚ ਕੀ ਦਿੰਦੇ ਹੋ ਪੇ ਤੇ ਹੁਸ਼ਕ ਚਾਰੇ ਵਿੱਚ ਕੀ ਦੇ ਰਹੇ ਹੋ ਸਬਜ਼ ਚਾਰੇ ਥੋੜੀ ਰਾਤ ਛੜੀ ਦਈਏ ਬਸ ਤੇ ਖੁਸ਼ਕ ਜਿਹੇ ਪਾਈਦਾ ਹੋਏ ਤੇ ਚੋਕਰ ਪਾਛੜੀ ਦਾ ਠੀਕ ਹੈ ਤੇ ਨਾਲ ਜਿਹੜੀ ਤੂੜੀ ਪਾਉਂਦੇ ਹੋ ਤੇ ਸਬਜ਼ ਚਾਰਾ ਪਾਉਂਦੇ ਹੋ ਉਹ ਜਿਹੜੀ ਝੋਟੀ ਹੈ ਉਹਨੂੰ ਕਿੰਨਾ ਕੁ ਪਾਉਂਦੇ ਹੋ ਝੋਟੀ ਨੂੰ ਤਕਰੀਬਨ ਕੋ 10 12 ਕਿਲੋ ਖਾਜ ਜਾਂਦੀ ਹੈ ਇੱਕ ਦਿਨ ਦਾ ਇੱਕ ਦਿਨ ਦਾ ਠੀਕ ਹੈ ਸਰ ਮਾਸ਼ਾਅੱਲਾ ਤੁਸੀਂ ਬੜੀਆਂ ਕੀਮਤੀ ਤੇ ਸੋਹਣੀਆਂ ਗੱਲਾਂ ਕਰਦੇ ਹੋ ਪੇ ਹੁਣ ਮੈਂ ਪੁੱਛਾਂਦਾ ਕਿ ਇਹ ਜਿਹੜੀਆਂ ਝੋਟੀਆਂ ਨੇ ਇਹਨਾਂ ਨੂੰ ਜ਼ਿਆਦਾਤਰ ਕਿਹੜੀ ਕਿਹੜੀ ਬਿਮਾਰੀ ਹੁੰਦੀ ਹੈ ਉਹਨਾਂ ਦਾ ਕੋਈ ਇਲਾਜ ਦੱਸੋ ਜਾਂ ਇਲਾਜ ਤੋਂ ਇਲਾਵਾ ਵੀ ਤੁਸੀਂ ਜੇ ਕੋਈ ਕੰਮ ਕਰਦੇ ਹੋ ਤੇ ਮੇਰੇ ਦੋਸਤਾਂ ਨੂੰ ਉਹ ਵੀ ਦੱਸੋ ਠੀਕ ਹੈ ਜਨਾਬ ਅਸੀਂ ਤੇ ਜਨਾਬ ਇਹ ਮਤਲਬ ਹੈ ਸਾਡੇ ਡਾਕਟਰ ਸ਼ੌਕਤ ਸਾਹਿਬ ਨੇ ਦੱਸਿਆ ਸੀ ਜਿਸ ਮਾਇਨੇ ਜਿਹਾ ਨਹੀਂ ਨਛੱਟੀ ਜੀ ਉਹਨੂੰ 10 ਮਿੰਟਾਂ ਦੇ ਗੋਲੀਆਂ ਦੇ ਦਿੱਚ ਲੋ ਠੀਕ ਹੈ 30 ਦੇ ਵਿੱਚ 15 ਮਿੰਟਾਂ ਦੇ ਵਿੱਚ ਉਹ ਜਿਹਾ ਸੱਟ ਛੜੇ ਦੇ ਅੱਛਾ ਹਾਂਜੀ ਬਹੁਤ ਅਨਲੈ ਲਾਜੇ ਅੱਛਾ ਕਈ ਬੰਦੇ ਨੇ ਉਹ ਕਾਨੇ ਨਾ ਘਟ ਦੇਨੇ throol ਲੈਂਦੇ ਨੇ ਵਗੈਰਾ ਵਗੈਰਾ ਮਤਲਬ ਨੁਕਸਾਨ ਕਰ ਲੈਂਦੇ ਨੇ